ਮੈਂ ਅਪੀਲ ਕੀਤੀ ਸੀ ਪਾਣੀ ਹਲੂ ਕੇ ਮਸਜਿਦ ਦੇ ਬੋਰ ਦੇ 500 ਫੁੱਟ ਬੋਰ ਕਰਾਣਾ ਤੇ ਉਹਦੇ ਵਿੱਚ ਤੁਹਾਡੇ ਤਾਵਨ ਦੀ ਜ਼ਰੂਰਤ ਹੈ ਕੁਝ ਸਾਥੀਆਂ ਨੇ ਵਾਅਦੇ ਕੀਤੇ ਨੇ ਕੁਝ ਸਾਥੀਆਂ ਨੇ ਤਾਵਨ ਕੀਤਾ ਥੋੜਾ ਬਹੁਤਾ اور ਅਜੇ ਮੁਕੰਮਲ ਹੈ ਯਾਨੀ ਕਿ ਜਿਹੜਾ ਉਹ ਟਾਰਗੇਟ ਸੀ ਜਿੰਨਾ ਖਰਚਾ ਹੋਣਾ ਵੇ ਉਹ ਪੂਰਾ ਨਹੀਂ ਹੋਇਆ ਇਸ ਵਾਸਤੇ ਤੁਹਾਡੇ ਤਾਵਨ ਦੀ ਬੜੀ ਸਾਰੀ ਜ਼ਰੂਰਤ ਹੈ ਕਿ ਜਿੰਨੇ ਵੇਖਣ ਵਾਲੇ ਨੇ ਸੁਣਨ ਵਾਲੇ ਨੇ ਜਿੱਥੇ ਜਿੱਥੇ ਬੈ ਕੇ ਵੇਖ ਰਹੇ ਹੋ ਸੁਣ ਰਹੇ ਹੋ ਆਪਣੇ ਵਾਸਤੇ ਆਪਣੇ ਮਰਹੂਮ ਮਹਿਨ ਵਾਸਤੇ ਫੌਤ ਸ਼ੁਦਗਾਨ ਵਾਸਤੇ ਮਸਜਿਦ ਦੇ ਪਾਣੀ ਦੇ ਬੋਰ ਦੇ ਵਿੱਚ ਫਿਲਟਰ ਦੇ ਵਿੱਚ ਆਪਣਾ ਤਾਮਨ ਕਰੋ ਇਹ ਜਿਹੜੇ ਪੁਆਇੰਟ ਰੱਖੇ ਗਏ ਨੇ ਇਹ ਮਤਲਬ ਪਾਣੀ ਦੇ ਪੁਆਇੰਟ ਨੇ ਮਤਲਬ ਇੱਥੇ ਉਹ ਪਾਣੀ ਵਾਸਤੇ ਟੂਟੀਆਂ ਲੱਗਣ ਦੀਆਂ ਇੱਥੇ ਥੱਲੇ ਸ਼ੈਲਫ ਬਣਾਵਾ ਦੇ ਤਾਂ ਕਿ ਮਤਲਬ ਉਹ ਜਾਣ ਵਾਲੇ ਜਿਹੜੇ ਨੇ ਉਹ ਪਾਣੀ ਖੜਨ ਵਾਲੇ ਪਾਣੀ ਲੈ ਜਾਣ ਕਰਨ ਇਸ ਵਾਸਤੇ ਕਿ ਇੱਥੇ ਕਰੀਬ ਪਾਣੀ ਵਾਲਾ ਸਿਸਟਮ ਨਹੀਂ ਹੈ ਕਿ ਮਤਲਬ ਕੋ ਸਾਫ ਪਾਣੀ ਵਾਲਾ ਫਿਲਟਰ ਨਹੀਂ ਹੈ لہذا ਜਿੰਨੇ ਮੇਰੇ ਦੋਸਤ ਜਿੰਨੇ ਮੇਰੇ ਵੇਖਣ ਵਾਲੇ ਨੇ ਸਭ ਅੱਗੇ ਅਪੀਲ ਹੈ ਕਿ ਮਸਜਿਦ ਇਸ ਕੰਮ ਦੇ ਵਿੱਚ ਜਿੰਨੀ ਹੋ ਸਕੇ ਅੱਲਾਹ ਦੀ ਰਜ਼ਾ ਵਾਸਤੇ ਅੱਲਾਹ ਦੇ ਘਰ ਦੀ ਤੁਸੀਂ ਮਤਲਬ ਖਿਦਮਤ ਕਰੋ ਅੱਲਾਹ ਪਾਕ ਤੁਹਾਨੂੰ ਜਜ਼ਾਇਆ ਖੈਰ ਦੇ ਅੱਲਾਹ ਕਬੂਲ ਕਰੇ ਐ ਥੱਲੇ ਜਿਹੜਾ ਮਤਲਬ ਫਰਸ਼ ਪੈਣ ਵਾਲੇ ਨੇ ਤੁਹਾਨੂੰ ਮਾਮਲਾ ਪਿਆ ਦੱਸਣਾ ਸਾ ਕਿ ਐ ਤੁਸੀਂ ਵਹਿੰਦੇ ਹੋ ਪੇ ਮਾਸ਼ਾਅੱਲਾਹ ਇਹ ਕੰਮ ਜਿਹੜਾ ਵੇ ਪਾਈਪਾਂ ਵਾਸਤੇ ਜਿਹੜੇ ਗਟਰ ਦੇ ਪੈਪ ਪੈਣੇ ਨੇ ਵਾਸ਼ਰੂਮਾਂ ਦੇ ਵਿੱਚੋਂ ਵਜ਼ੂ ਦੇ ਟੂਟੀਆਂ ਦੇ ਜਿਹੜੇ ਪਾਈਪ ਨੇ ਉਹ ਇੱਥੇ ਥੱਲੇ ਪੈਣੇ ਨੇ ਇਹਦੇ ਵਾਸਤੇ ਜਿਹੜਾ ਨਾ ਐਰਰ ਰੱਖਿਆ ਗਿਆ ਨੇ ਮੈਂ ਮਤਲਬ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਰਿਕੁਐਸਟ ਕਰਨਾ ਸਾਬ ਗਿਆ ਮੇਰੀ ਅਪੀਲ ਹੈ ਕਿ ਮਦਰ ਮਸਜਿਦ ਦੇ ਜਿਹੜੇ ਫਰਸ਼ ਦੇ ਵਿੱਚ ਬਜਰੀ ਮਤਲਬ ਬੱਜਰ ਮੋਟਾ ਰੇਤ ਸੀਮੰਟ ਮਜ਼ਦੂਰੀ ਇਹ ਤਕਰੀਬਨ 3.5 ਲੱਖ ਦਾ ਖਰਚਾ ਆਵੇ ਕਿ ਜਿਹੜਾ ਇਹ ਸਾਰਾ ਮਸਜਿਦ ਦਾ ਫਿਰ ਫਰਸ਼ ਪਾਈਏਗਾ ਸੋ ਮਸਜਿਦ ਦਾ ਛੱਤ ਜਿਵੇਂ ਪਵਾਇਆ ਤੁਸੀਂ ਇਸੇ ਤਰ੍ਹਾਂ ਮਸਜਿਦ ਦੇ ਫਰਸ਼ ਦੇ ਵਿੱਚ ਵੀ ਤੁਹਾਡੇ ਤਾਮਨ ਦੀ ਬੜੀ ਸਾਰੀ ਜ਼ਰੂਰਤ ਹੈ ਮਸਜਿਦ ਦਾ ਇਹ ਜਿਹੜਾ ਕੰਮ ਹੈ ਇਹ ਨਾ ਤੇ ਮੇਰਾ ਹੈ ਮਸਜਿਦ ਨਾ ਮੇਰੀ ਮਲਕੀਅਤ ਹੈ ਨਾ ਕਿਸੇ ਕਾਰੇ ਦੀ ਮਲਕੀਅਤ ਹੈ ਨਾ ਕਿਸੇ ਹਾਫਜ਼ ਦੀ ਮਲਕੀਅਤ ਹੈ ਇਹ ਅੱਲਾ ਦਾ ਘਰ ਹੈ ਜਿੰਨੇ ਵੀ ਕਰਨਾ ਹੈ ਆਪਣੇ ਵਾਸਤੇ ਕਰਨਾ ਹੈ ਔਰ ਅੱਲਾ ਦੀ ਰਜ਼ਾ ਵਾਸਤੇ ਕਰਨਾ ਦੂਸਰੇ ਨੰਬਰ ਤੇ ਨਬੀ ਪਾਕ ਸਲ ਸਲਮ ਨੇ فرمایا ਸੀ ਕਿ ਨੇਕੀ ਦਾ ਕੰਮ ਕਰਦੇ ਨੇ ਨੇਕੀ ਦਾ ਕੰਮ ਕਰਦੇ ਆ ਸ਼ਰਮਾਣਾ ਨਹੀਂ ਚਿਚਕ ਨਹੀਂ ਨੇਕੀ ਦਾ ਕੰਮ ਕਰਦੇ ਆ ਪਬਲਿਕ ਦੀ ਜਿਹੜੀ تنਕੀਦ ਹੈ ਜਾਂ ਪਬਲਿਕ ਦੀ ਜਿਹੜੀ ਤਜ਼ਲੀਲ ਹੈ ਇਨੂੰ ਬਰਦਾਸ਼ਤ ਕਰਨਾ ਪੈਂਦਾ ਲਿਆਜ਼ਾ ਮੈਂ ਅੱਲਾਹ ਦੀ ਰਜ਼ਾਵਾਸੇ ਇਸ ਕੰਮਵਾਸੇ ਅਪੀਲ ਕਰ ਰਿਹਾ ਬਾਕੀ ਅੱਲਾਹ ਪਾਕ ਦੀ ਜ਼ਾਤ ਦਾ ਕੰਮ ਹੈ ਅੱਲਾ ਹੀ ਮੁਸਬਬੁਲ ਅਸਬਾਬ ਹੈ ਉਹ ਸਬਬ ਪੈਦਾ ਕਰੇਗਾ ਮਸਜਿਦ ਦੇ فرش ਦੇ ਵਿੱਚ ਬਜਰੀ ਰੇਤ ਸੀਮੰਟ ਇਹਨਾਂ ਚੀਜ਼ਾਂ ਦੀ ਜ਼ਰੂਰਤ ਔਰ ਬੜੀ ਸਾਰੀ ਜ਼ਰੂਰਤ ਤੁਹਾਡੇ ਤਾਵਨ ਦੀ ਜ਼ਰੂਰਤ ਹੈ ਇਸ ਵਾਸਤੇ ਜਦੋਂ ਇਸ ਮਸਜਿਦ ਦਾ ਛੱਤ ਪੈਣ ਵਾਲਾ ਸੀ ਤੁਸੀਂ ਲੈਂਟਰ ਦੇ ਵਿੱਚ ਬੜਾ ਅੱਛਾ ਤਾਮਨ ਕੀਤਾ ਸੀ ਇਸੇ ਤਰ੍ਹਾਂ ਮਸਜਿਦ ਦਾ ਜਿਹੜਾ ਫਰਸ਼ ਪੈਣ ਵਾਲਾ ਹੈ ਇਹਦੇ ਵਿੱਚ ਵੀ ਤੁਹਾਡੇ ਤਾਮਨ ਦੀ ਬੜੀ ਜ਼ਰੂਰਤ ਹੈ ਰੇਤ ਬਜਰੀ ਸੀਮੰਟ ਇਹ ਮਜ਼ਦੂਰੀ ਕੁੱਲ ਮਿਲਾ ਕੇ 3.5 ਲੱਖ 3.5 ਲੱਖ 3.5 ਲੱਖ ਤੱਕ ਜਿਹੜਾ ਇਹ ਖਰਚ ਹੋਣਾ ਸੋ ਤੁਹਾਡੇ ਤਾਮਨ ਦੇ ਨਾਲ ਹੀ ਇਹ ਮੁਮਕਨ ਹੋਣਾ